ਦੁਨੀਆਂ ਦੇ ਵਿੱਚ ਮੱਚੀ ਹਾ ਹਾਕਾਰ ਕਰੋਨਾ ਦੀ ਰੋਕ ਥਾਮ ਵਿੱਚ ਲੱਗੀ ਏ ਸਰਕਾਰ ਕਰੋਨਾ ਦੀ ਮਹਾਮਾਰੀ ਦੀ ਚਿੰਤਾ ਲੋ ਵਿਚਾਰ ਦੋਸਤੋ ਏ ਕਰਫਿਊ ਦੇ ਵਿੱਚ ਜਾਓ ਨਾ ਕਰੋ ਵਾਰ ਦੋਸਤੋ ਏ रात नहीं ख्वाब बदलता है मंजिल नहीं कारवा बदलता है जज्बा रखे हर दम जीतने का क्योंकि किस्मत चाहे बदले ना बदले वक्त जरूर बदलता है जी हाँ इन्हीं मोटिवेशनल लाइंस को अपने खूबसूरत शब्दों में उतार उतारा है लुधियाना ट्रैफिक के एएसआई एस आई जगजीत सिंह खैरा ने जहाँ एक कोविड नाइन्टीन की डेडली डिसीज से हमारा पूरा देश लड़ रहा है जगह जगह लॉकडाउन लग चुका है लोगों को अपने घरों में रहना पड़ रहा है और जो पुलिस मैन है हमारे वो तो अपनी ड्यूटी दे ही रहे हैं आप देख ही सकते

ਐਸਐ ਜਗਜੀਤ ਸਿੰਘ ਖੇਰਾ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਨੂਨ ਵਸੀਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦਾ ਵੀ ਕਰਫੂ ਦੇ ਦੌਰਾਨ ਅੰਦਰ ਰਹਿਣ ਚੰਦ ਲੈਣਾ ਤੁਹਾਡੇ ਰੂ ਰੂ ਕਰ ਰਹੇ ਆ ਉਹ ਪੂਰੀ ਦੁਨੀਆ ਦੇ ਵਿੱਚ ਮੱਚੀ ਹਾ ਹਾ ਕਾਰਕ ਕਰੋਨਾ ਦੀ ਰੋਕ ਥਾਮ ਵਿੱਚ ਲੱਗੀ ਏ ਸਰਕਾਰ ਕਰੋਨਾ ਦੀ ਮਹਾਂਮਰੀ ਦੀ ਚਿੰਤਾ ਲਓ ਵਿਚਾਰ ਦੋਸਤੋ ਏ ਕਰਫਿਊ ਦੇ ਵਿੱਚ ਜਾਓ ਨਾ ਕਰੋ ਵਾਰ ਦੋਸਤੋ ਏ ਕਰਫਿਊ ਦੇ ਵਿੱਚ ਜਾਓ ਨਾ ਕਰੋ ਵਾਰ ਦੋਸਤੋ ਏ ਬੁਰੇ ਹਾਲ ਨੇ ਚੈਨਾ ਇਟਲੀ ਤੇ ਅਮਰੀਕਾ ਵਈ ਸੇਤ ਮੈਂ ਕਮਾਤੇ ਪ੍ਰਸ਼ਾਸਨ ਦੱਸੇ ਤਰੀਕੇ ਵਈ ਪੰਜਾਬ ਪੁਲਿਸ ਰਿਕੁਐਸਟ ਕਰੇ ਵਾਰ ਵਾਰ ਦੋਸਤੋ ਏ ਕਰਫਿਊ ਦੇ ਵਿੱਚ ਜਾਇਓ ਨਾ ਕਰੋ ਵਾਰ ਦੋਸਤੋ ਏ ਕਰਫਿਉ ਦੇ ਵਿੱਚ ਜਾਇਓ ਨਾ ਕਰੋ ਵਾਰ ਦੋਸਤੋ ਏ ਮਾਸਕ ਪਾਓ ਬਾਹਰ ਕਿਸੇ ਨਾਲ ਹੱਥ ਮੜਾਓ ਨਾ ਬਿਨਾ ਕੰਮ ਤੋਂ ਸਜਣੋ ਏ ਸੜਕਾਂ ਤੇ ਜਾਓ ਨਾ ਮਿਹਰ ਕਰੂਗਾ ਪੂਰੀ ਸਤ ਕਰਤਾਰ ਦੋਸਤੋ ਕਰਫਿਊ ਦੇ ਵਿੱਚ ਜਾਇਓ ਨਾ ਕਰੋ ਵਾਰ ਦੋਸਤੋ ਏ ਕਰਫਿਊ ਦੇ ਵਿੱਚ ਜਾਇਓ ਨਾ ਕਰੋ ਵਾਰ ਦੋਸਤੋ ਏ ਅਸਾਂ ਉੱਟਰਵਾੜਾ ਤਰਲੇ ਪਾਈ ਜਾਂਦਾ ਹੈ ਖੈਰਾ ਵੀ ਹੱਥ ਜੋੜ ਕੇ ਤਰਲੇ ਪਾਈ ਜਾਂਦਾ ਹੈ ਮਸਾਂ ਮਿਲੇ ਨੇ ਜ਼ਿੰਦਗੀ ਦੇ ਦਿਨ ਚਾਰ ਦੋਸਤੋ ਏ ਕਰਫਿਊ ਦੇ ਵਿੱਚ ਜਾਇਓ ਨਾ ਕਰੋ ਵਾਰ ਦੋਸਤੋ ਏ ਕਰਫਿਊ ਦੇ ਵਿੱਚ ਜਾਇਓ ਨਾ ਕਰੋ ਵਾਰ ਦੋਸਤੋ ਏ ਥੈਂਕ ਯੂ ਜੀ ਸਮੂਹ ਵਾਸੀਆਂ ਨੂੰ ਮੈਂ ਆਸ ਰੱਖਦਾ ਵੀ ਸਾਡੀ ਇਸ ਬੇਨਤੀ ਨੂੰ ਕੂ ਕਰਗੇ ਜੀ

ਤੇ ਸਾਰਿਆਂ ਦੇ ਤਰੀਕੇ ਵੱਖਰੇ ਆ ਪੁਲਿਸ ਨੇ ਸਖਤੀ ਵੀ ਕੀਤੀ ਪਿਆਰ ਨਾਲ ਪਰ ਜਿਹੜੀ ਪਿਆਰ ਦੀ ਪਾਸ਼ਾ ਕਿਉਂਕਿ ਲੋਕ ਵੀ ਸਾਰੇ ਪਹਿਲਾਂ ਹੀ ਦੁਖੀ ਨੇ ਜਾਂ ਮਜਬੂਰ ਨੇ ਮੇਰਾ ਏਸੀ ਵੀ 80 ਮੈਂ ਨਾਕੇ ਤੇ ਦਾ 1 2 10 ਬੰਦਿਆਂ ਨੂੰ 100 ਨੂੰ ਅ ਵਹੀ ਫੇਸ ਮਿਲਦਾ ਪਰ ਜਿਹੜਾ ਮੇਰਾ ਮੈਸੇਜ ਆ ਮੇਰਾ ਖਿਆਲ ਥਰੂਆਊਟ ਵਰਲਡ ਜਿੱਥੇ ਤੱਕ ਜਾਊਗਾ ਮੈਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਵੀ ਸਾਡਾ ਸਹਿਯੋਗ ਦੇ ਜਿੰਨ ਜਿੰਨ ਤੱਕ ਆਪਨੇ ਅਭੀ ਇਹ ਆਪਣਾ ਗਾਣਾ ਪਹੁੰਚਾਇਆ ਹੈ जिनको ਆਪ ਅਵੇਅਰ ਕਰਨੇ ਲਈ ਸੁਣਾ ਰਹੇ ਹਨ ਉਨकी ਤਰਫ ਸੇ ਕੈਸਾ ਰਿਸਪੌਂਸ ਮਿਲਿਆ ਦੇਖੋ ਜੀ ਪਹਿਲਾ ਹੀ ਮੈਂ ਪਾਇਆ ਮੈਨੂੰ ਬਹੁਤ ਹੀ ਵਧੀਆ ਰਿਸਪੌਂਸ ਮਿਲੇ ਜੇ ਮੇਰੇ ਦੋਸਤ ਮਿੱਤਰ ਭੈਣ ਭਰਾ ਨੇ ਸਾਰਿਆਂ ਨੇ ਜਿੰਨੇ ਕੁ ਮੈਨੂੰ ਕਮੈਂਟ ਆਏ ਨੇ ਉਹ ਵਧੀਆ ਆਏ ਨੇ ਵੀ ਇੱਕ ਬਹੁਤ ਹੀ ਵਧੀਆ ਜਿਹੜਾ ਤਰੀਕਾ ਏ ਮੈਨੂੰ ਵੀ ਵਧੀਆ ਲੱਗਿਆ ਵੀ ਇਹ ਮੈਸੇਜ ਆ ਵੀ ਜੇ ਇਹਨੂੰ 100 ਦੇ ਵਿੱਚੋਂ 20% ਵੀ ਸਾਡੇ ਤੇ ਅਸਰ ਕਰਨ ਦਾ ਸਾਡਾ ਬਹੁਤ ਵੱਡਾ ਇੱਕ ਰਿਸਪੌਂਸ ਹੋ ਗਿਆ ਤੇ ਜਾਤੇ ਜਾਤੇ ਹਮ ਚਾਹਤੇ ਹੈ ਲਾਕਡਾਊਨ ਪੀਰੀਅਡ ਐਕਸਟੈਂਡ ਹੋ ਚੁਕਾ ਹੈ ਵੱਧ ਚੁਕਾ ਹੈ ਤਾਂ ਅਭੀ ਲੁਧਿਆਨਵੀਸ ਕੋ ਆਪ ਆਪਣੇ ਔਰ ਤਰੀਕੇ ਸੇ ਕਿਵੇਂ ਅਵੇਅਰ ਕਰਨਾ ਚਾਹੇਂਗੇ ਕਿ ਇਹ ਜੋ 15 ਦਿਨ ਔਰ ਹੈ ਉਹ ਆਪਣੇ ਘਰੋਂ ਮੇ ਰਹੇ ਤਾਂ ਕਿ ਇਹ ਕੋਵਿਡ 19 ਜੈਸੀ ਬਿਮਾਰੀ ਲੋਕੋ ਕੋ ਔਰ ਜ਼ਿਆਦਾ ਪਰੇਸ਼ਾਨ ਨਾ ਕਰ ਸਕੇ ਹਾਂਜੀ ਇਹਦੇ ਵਿੱਚ ਦੇਖੋ ਪ੍ਰਸ਼ਾਸਨ ਦਾ ਪੁਲਿਸ ਦਾ ਬਹੁਤ ਵੱਡਾ ਯੋਗਦਾਨ ਹੈ 24 ਘੰਟੇ ਡਿਊਟੀ ਹੈ ਲਗਾਤਾਰ ਸਾਰੀ ਡਿਊਟੀ ਕਰ ਰਹੇ ਨੇ ਇਹਦੇ ਵਿੱਚ ਸੀ ਜੀ ਪਿਆਰ ਦੇ ਨਾਲ ਸਾਰਿਆਂ ਨੂੰ ਕਹਿਨੇ ਆ ਵੀ ਲੋਕਡਾਊਨ ਵੱਧ ਗਿਆ ਪਰ ਸਾਰਿਆਂ ਦੀਆਂ ਮਜਬੂਰੀਆਂ ਵੀ ਹੈਗੀਆਂ ਮੈਡੀਸਨ ਦੀ ਵੀ ਲੋੜ ਹੈ ਰਸ਼ਨ ਦੀ ਵੀ ਲੋੜ ਹੈ ਵੀ ਬਿਨਾ ਕੰਮ ਤੋਂ ਕੋਈ ਬਾਹਰ ਨਾ ਜਾਵੇ ਤਾਂ ਕਿ ਜਿਹੜਾ ਕੋਈ ਮਾਲੀ ਨੁਕਸਾਨ ਆ ਸਾਡਾ ਮਾਲੀ ਨੁਕਸਾਨ ਨੂੰ ਅਸੀਂ ਪੂਰਾ ਕਰ ਸਕਦੇ ਹਾਂ ਜਿਹੜਾ ਜਾਨੀ ਘਟਾ ਉਹ ਪੂਰਾ ਕਰਨਾ ਬਹੁਤ ਔਖਾ ਕਿਉਂਕਿ ਇਹ ਜਿਹੜੀ ਵਾਇਰਸ ਆ ਬਹੁਤ ਜਾਨਲੇਵਾ ਇਹਦੇ ਲਈ ਲੋਕਡਾਊਨ ਦੇ ਵਿੱਚ ਜਿੰਨੇ ਲੋਕ ਅੰਦਰ ਰਹਿਣਗੇ ਸਾਡਾ ਉਹਦਾ ਬਹੁਤ ਵੱਡਾ ਫਾਇਦਾ ਮੈਂ ਤਾਂ ਸਾਰਿਆਂ ਨੂੰ ਇਹੀ ਵੀਲ ਕਰੂੰਗਾ ਵੀ ਬਿਨਾ ਕੰਮ ਤੋਂ ਕੋਈ ਬਾਹਰ ਨਾ ਆਵੇ ਜਿਆਦਾ ਤੋਂ ਜਿਆਦਾ ਅੰਦਰ ਰਹੇ ਤੋ ਲੈਨੇ ਜਾਂਦੇ ਜਾਂਦੇ ਇੱਕ ਵਾਰ ਫਿਰ ਸੇ ਸੁਣਾ ਕੇ। ਵਹੀ ਜੋ ਆਪਨੇ ਸ਼ੁਰੂਆਤ ਕੀਤੀ ਜਾਂ ਕਰ। ਮੈਂ ਠੀਕ ਆ ਜੀ। ਪੂਰੀ ਦੁਨੀਆਂ ਦੇ ਵਿੱਚ ਮੱਛੀ ਹਾ ਹਾ ਕਾਰਕ ਕਰੋਨਾ ਦੀ ਰੋਕ ਥਾਮ ਵਿੱਚ ਲੱਗੀ ਏ ਸਰਕਾਰ ਕਰੋਨਾ ਦੀ ਮਹਾਮਰੀ ਦੀ ਚਿੰਤਾ ਲੋ ਵਿਚਾਰ ਦੋਸਤੋ ਏ कर्फ्यू दे विच जायो ना दोस्तो ए करफ्यू करो वार दोस्तो ए थैंक यू सर अपना टाइम हमें देने के लिए आपने